ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਬਾਬੂ ਸ਼ਾਹੀ ਟਾਈਮ ਸਵਾਗਤ ਹੈ। ਮੈਂ ਹਾਂ ਪਰਮਿੰਦਰ ਸਿੰਘ ਕੰਧਾਰੀ। ਅੱਜ ਅਸੀਂ ਪੰਜਾਬ ਦੇ ਬਹੁਤ ਹੀ ਮਸ਼ਹੂਰ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਮੌਜੂਦ ਹਾਂ ਅਤੇ ਸਾਡੇ ਨਾਲ ਫਰੀਦਕੋਟ ਦੇ ਆਮ ਜਨਤਾ ਜੋ ਕਿ ਮੌਜੂਦ ਆ ਅਤੇ ਸਾਡੇ ਨਾਲ ਆਮ ਲੋਕ ਜੋ ਹਨ ਉਹ ਸਵਾਲ ਪੁੱਛਣਗੇ ਪਾਰਟੀਆਂ ਦੇ ਬੁਲਾਰਿਆਂ ਤੋਂ ਅਤੇ ਸਾਡੇ ਨਾਲ ਪਾਰਟੀਆਂ ਦੇ ਬੁਲਾਰੇ ਵੀ ਜੋ ਮੌਜੂਦ ਹਨ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਜਾਣੂ ਕਰਾ ਦਿੰਦੇ ਹਾਂ ਪਾਰਟੀਆਂ ਦੇ ਬੁਲਾਰਿਆਂ ਤੋਂ। ਸਾਡੇ ਨਾਲ ਸਭ ਤੋਂ ਪਹਿਲਾਂ ਕਾਂਗਰਸ ਤੋਂ ਮੌਜੂਦ ਹਨ ਡਾਕਟਰ ਜੰਗੀਰ ਜੀ, ਸਾਡੇ ਨਾਲ ਮੌਜੂਦ ਹਨ ਗੁਰਜਤ ਸਿੰਘ ਸੇਖੋਂ ਜੀ ਆਮ ਆਦਮੀ ਪਾਰਟੀ ਤੋਂ, ਸਾਡੇ ਨਾਲ ਮੌਜੂਦ ਨੇ ਸਣਕਦੀਪ ਸਿੰਘ ਸੰਧੂ ਜੀ, ਸਾਡੇ ਨਾਲ ਮੌਜੂਦ ਨੇ ਸਤੀਸ਼ ਗਰੋਵਰ ਜੀ ਅਤੇ ਸਾਡੇ ਨਾਲ ਮੌਜੂਦ ਨੇ ਭਾਜਪਾ ਤੋਂ ਗੌਰਵ ਕੱਕੜ ਜੀ। ਸਭ ਤੋਂ ਪਹਿਲਾਂ ਮੈਂ ਸਵਾਲ ਗੌਰਵ ਕੱਕੜ ਜੀ ਨੂੰ ਕਰੂੰਗਾ ਕਿਉਂਕਿ ਇਹਨਾਂ ਨੇ 5 ਸਾਲ ਇਹਨਾਂ ਦੀ ਸਰਕਾਰ ਨੇ ਪੂਰੇ ਕਰ ਲਏ ਹਨ ਅਤੇ ਉਹਨਾਂ ਨੇ ਕੀ ਕੰਮ ਕੀਤੇ ਹਨ ਅਤੇ ਉਹਨਾਂ ਦੀ ਸਰਕਾਰ ਆ ਸਕਦੀ ਆ, ਜੇ ਆ ਸਕਦੀ ਆ ਤਾਂ ਕਿਹੜੇ ਕਿਹੜੇ ਮੁੱਦੇ 'ਤੇ ਉਹਨਾਂ ਦੀ ਸਰਕਾਰ ਆ ਸਕਦੀ ਆ? ਦੇਖੋ ਜੀ, ਸਾਡੀ ਸਰਕਾਰ 100% ਆਊਗੀ। ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਅਤੇ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਅਤੇ ਤੁਸੀਂ ਦੇਖਿਆ ਹੀ ਹੋਵੇਗਾ ਪਿਛਲੇ ਦਿਨੀ ਪਾਕਿਸਤਾਨ ਨੇ ਜਿਹੜਾ ਆਪਣੇ 'ਤੇ ਪਾਇਲਟ ਦਾ ਜੋ ਆਪਣਾ ਮੁੱਦਾ ਸੀ ਉਸ ਨੂੰ 2 ਦਿਨਾਂ ਵਿੱਚ ਹੱਲ ਕੀਤਾ। ਅੱਜ ਜਿਹੜਾ ਭਾਰਤ ਆ ਪੂਰੇ ਵਿਸ਼ਵ ਵਿੱਚ 4th ਨੰਬਰ 'ਤੇ। ਪਾਕਿਸਤਾਨ ਦਾ ਜਵਾਬ ਦਿੱਤਾ ਜੀ? ਕੋਈ ਜਵਾਬ ਨਹੀਂ ਦਿੱਤਾ ਜੀ। ਪੁਲਵਾਮਾ ਅਟੈਕ ਆਪ ਕਰਾਇਆ ਸੀਗਾ। ਜਿਹੜੇ ਅਟੈਕ ਹੁੰਦੇ ਆ ਆਹ ਇਲੈਕਸ਼ਨਾਂ ਦੇ ਵੇਲੇ ਕਿਉਂ ਹੁੰਦੇ ਆ? ਇੱਥੇ ਜਿਹੜਾ ਚੰਡੀਗੜ੍ਹ ਉੱਥੋਂ ਪੰਜਾਬ ਦੇ ਵਿੱਚ 2 ਦਾਰੂ ਦੀਆਂ ਬੋਤਲਾਂ ਤਾਂ ਆ ਨਹੀਂ ਸਕਦੀਆਂ ਅਤੇ 1 ਕਿਲੋ RDX ਕਿਵੇਂ ਆ ਗਿਆ ਪਾਕਿਸਤਾਨ ਤੋਂ ਇੱਧਰਲੇ ਪਾਸੇ? ਕਿਸੇ ਨੇ ਵੇਖਿਆ ਹੀ ਨਹੀਂ, ਆਪ ਅਟੈਕ ਕਰਾਏ ਹੋਏ ਆ। ਆਹ ਜਾਣ ਕੇ ਇਹਨਾਂ ਸਕ੍ਰਿਪਟਡ ਪ੍ਰੋਗਰਾਮ ਸੀਗਾ, ਜਾਣ ਕੇ ਲੋਕਾਂ ਨੂੰ ਮੂਰਖ ਬਣਾਇਆ ਜੀ। ਆਪ ਅਟੈਕ ਕਰਾਇਆ ਜੀ ਅਕਾਲੀ ਦਲ ਤੋਂ? ਆਪ ਅਟੈਕ ਬੜੀ ਸ਼ਰਮਨਾਕ ਗੱਲ ਹੈ। ਸਾਡੇ 40 ਫੌਜੀ ਪੁਲਵਾਮਾ ਸ਼ਹੀਦ ਹੋਏ ਅਤੇ ਹਿੰਦੁਸਤਾਨ ਦੀ ਰਾਜਨੀਤੀ ਕਿਹੋ ਜਿਹੀ ਹੋ ਰਹੀ ਹੈ ਜਿਹੜੇ ਕਹਿੰਦੇ ਆਪ ਅਟੈਕ ਕਰਾਏ ਆ? ਨਹੀਂ ਫਿਰ ਉਹਦੇ 'ਤੇ ਰਾਜਨੀਤੀ ਕਿਉਂ ਕੀਤੀ ਜਾ ਰਹੀ ਆ? ਆਰਮੀ 'ਤੇ ਦੇਖੋ, ਆਰਮੀ ਨੇ ਉਹਦਾ ਜਵਾਬ ਜੋ ਸਾਡੇ 'ਤੇ ਹਮਲਾ ਹੋਇਆ ਡਟ ਕੇ ਦਿੱਤਾ, ਪਰ ਉਹਨੂੰ ਆਰਡਰ ਕਿਸੇ ਮਰਦ ਬੰਦੇ ਨੇ ਦਿੱਤਾ। ਉਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਕਾਂਗਰਸੀਆਂ ਰਹੀਆਂ, ਕਿੰਨੇ ਅਟੈਕ ਹਿੰਦੁਸਤਾਨ 'ਤੇ ਹੋਏ ਆ? ਕਦੇ ਕਿਸੇ ਨੇ ਜ਼ਰੂਰਤ ਕੀਤੀ ਹੈ ਪ੍ਰਧਾਨ ਮੰਤਰੀ ਨੇ? ਇਹੀ ਨਰਿੰਦਰ ਮੋਦੀ ਹੈ ਜਿਹੜਾ ਪਾਕਿਸਤਾਨ ਨੂੰ ਜਵਾਬ ਦੇ ਗਿਆ। ਆਰਡਰ ਕਿਸੇ ਮਰਦ ਬੰਦੇ ਨੇ ਕੀਤੀ ਹੈ ਜੀ? ਦੇਖੋ, ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਇਹ ਮੁੱਦਾ ਹੀ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਸ਼ ਦੀ ਜਿਹੜੀ ਫੌਜ ਹੈ, ਫੌਜ ਨੇ ਇਹਨੂੰ ਰਾਜਨੀਤੀ ਤੋਂ ਬਾਹਰ ਰੱਖਣਾ ਚਾਹੀਦਾ। ਅੱਜ ਸਾਡੇ ਦੇਸ਼ ਦੇ ਅੰਦਰੂਨੀ ਮੁੱਦੇ ਕੀ ਹੈ? ਅੱਜ ਸਾਡਾ ਨੌਜਵਾਨ ਬੇਰੁਜ਼ਗਾਰ ਹੈ, ਲੋਕ ਭੁੱਖੇ ਮਰ ਰਹੇ, ਦਵਾਈਆਂ ਤੋਂ ਬਿਨਾਂ ਮਰ ਰਹੇ ਆ, ਸੜਕਾਂ ਦਾ ਬੁਰਾ ਹਾਲ ਹੈ। ਇਹ ਮੁੱਦੇ ਹੋਣੇ ਚਾਹੀਦੇ ਆ। ਅਸੀਂ ਉੱਥੇ ਹਮਲਾ ਕਰਤਾ ਜੀ, ਉਹਨਾਂ ਦੇ ਬੰਦੇ ਮਾਰਤੇ, ਸਾਡੇ ਮਰ ਗਏ। ਮਰੀ ਤਾਂ ਇਨਸਾਨੀਅਤ ਆ ਨਾ, ਅਤੇ ਸਾਡੇ ਨੌਜਵਾਨ 40 ਮਰੇ ਆ, ਸਾਡੇ ਬੱਚੇ ਮਰੇ ਆ। ਮੋਦੀ ਨੂੰ ਕੀ ਪਤਾ, ਇਹਨਾਂ ਲੀਡਰਾਂ ਨੂੰ ਕੀ ਪਤਾ ਇਹਨਾਂ ਦਾ ਕਿਹਦਾ ਬੱਚਾ ਹੈ? ਆਮ ਸਧਾਰਨ ਲੋਕਾਂ ਦੇ ਬੱਚੇ ਮਰੇ ਆ, ਚਾਹੇ ਪਾਕਿਸਤਾਨ 'ਚ ਮਰੇ ਆ ਜਾਂ ਇੰਡੀਆ 'ਚ ਮਰੇ ਆ। ਸਾਡੇ ਮੁੱਦੇ ਜਿਹੜੇ ਅੱਜ ਰੋਟੀ ਕੱਪੜੇ ਦੇ ਮੁੱਦੇ ਆ, ਉਹਨਾਂ ਮੁੱਦਿਆਂ 'ਤੇ ਸਾਨੂੰ ਆਉਣਾ ਚਾਹੀਦਾ। ਐਜੂਕੇਸ਼ਨ ਦੇ ਮੁੱਦੇ 'ਤੇ ਆਉਣਾ ਚਾਹੀਦਾ। ਸਾਡੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਅੱਜ ਜਿਹੜਾ ਦੇਸ਼ ਦਾ 20 ਕਰੋੜ ਬੰਦਾ ਭੁੱਖਾ ਸੌਂਦਾ, ਸਾਨੂੰ ਉਹਦੀ ਗੱਲ ਕਰਨੀ ਚਾਹੀਦੀ ਹੈ। ਸਾਡੇ ਕੋਲ ਪੰਜਾਬ ਦੇ ਵਿੱਚ ਦੇਖੋ, ਕਾਂਗਰਸ ਦੀ ਸਰਕਾਰ 2 ਤੋਂ 2.5 ਸਾਲ ਹੋ ਗਏ ਆਇਆਂ ਨੂੰ ਅਤੇ ਹਲੇ ਵੀ ਬੇਰੁਜ਼ਗਾਰੀ ਆ ਜਿਹੜੀ ਉਹ ਉਵੇਂ ਦੀ ਉਵੇਂ ਬਰਕਰਾਰ ਆ। ਸਭ ਤੋਂ ਪਹਿਲਾਂ ਜਿਹੜੇ ਮੇਰੇ BJP ਵਾਲੇ ਦੋਸਤਾਂ ਨੇ ਕਿਹਾ ਹੈ ਵੀ BJP 100% ਆ ਰਹੀ ਹੈ, ਇਹਨਾਂ ਨੂੰ ਬੜਾ ਭੁਲੇਖਾ ਹੈ। ਇਹ ਦਿਨੇ ਸੁਪਨੇ ਦੇਖ ਰਹੇ ਨੇ, ਦੇਸ਼ ਦੇ ਲੋਕ ਕਹਿ ਰਹੇ ਨੇ BJP 100% ਜਾ ਰਹੀ ਹੈ। ਇੱਕ ਮੇਰੇ ਵੀਰ ਅਕਾਲੀ ਦਲ ਦੇ ਬੋਲੇ ਨੇ, ਉਹ ਕਹਿੰਦੇ ਨੇ ਵੀ ਜ਼ੁਰਤ ਵਾਲਾ ਬੰਦਾ ਚਾਹੀਦਾ ਅਤੇ ਮੋਦੀ ਜੀ ਨੇ ਹਮਲਾ ਕਰਤਾ ਜੀ। ਦੇਖੋ, ਮੋਦੀ ਜੀ ਨੇ ਹਮਲਾ ਕੀਤਾ, ਉਹ ਕਹਿੰਦੇ ਸਾਡੇ ਦਰਖਤ ਦੀ ਕੋਈ ਟਾਹਣੀ ਵੀ ਨਹੀਂ ਟੁੱਟੀ। ਇਹ ਕਹਿੰਦੇ ਸੀ 300 ਬੰਦਾ ਮਾਰ ਕੇ ਆ ਗਏ ਹਾਂ, ਇਹ ਕੋਈ ਬੰਦਾ ਗਿਣ ਕੇ ਆਏ ਸੀ? ਇਹਨਾਂ ਦੀ ਯਾਦਾਸ਼ਤ ਬੜੀ ਕਮਜ਼ੋਰ ਹੈ ਵੀ ਕਾਂਗਰਸ ਨੇ ਕੁਛ ਨਹੀਂ ਕੀਤਾ। 1965 ਅਤੇ 1971 ਦੀ ਜੰਗ ਕਾਂਗਰਸ ਪਾਰਟੀ ਦੀ ਅਗਵਾਈ 'ਚ ਲੜੀ ਗਈ, ਉਹਨਾਂ ਨੂੰ ਬੰਗਲਾਦੇਸ਼ ਨੇ ਸਰਜੀਕਲ ਸਟ੍ਰਾਈਕ ਮੈਂ ਉਸ ਗੱਲ 'ਤੇ ਆਊਂਗਾ। ਹਿੰਦੁਸਤਾਨ ਦੀਆਂ ਸਰਕਾਰ ਨੇ, ਕਾਂਗਰਸ ਪਾਰਟੀ ਸਰਕਾਰ ਦੀ ਅਗਵਾਈ ਥੱਲੇ 2 ਜੰਗਾਂ ਲੜੀਆਂ, ਅਸੀਂ ਪਾਕਿਸਤਾਨ ਦੇ 2 ਟੋਟੇ ਕਰਤੇ। ਉਹਨਾਂ ਦਾ 1 ਲੱਖ ਫੌਜੀ ਜਨਰਲ ਰੋੜਾ ਦੀ ਅਗਵਾਈ ਦੇ ਥੱਲੇ ਅਸੀਂ ਬੰਦੀ ਬਣਾਇਆ। ਇਹ ਕੀ ਕਹਿੰਦੇ ਵੀ ਮੋਦੀ ਜੀ ਹਮਲਾ ਕਰਕੇ ਆ ਗਏ? ਕੋਈ ਹਮਲਾ ਨਹੀਂ ਕੀਤਾ, ਇਹ ਪਲੇਨਡ ਗੇਮ ਸੀ ਇਹਨਾਂ ਦੀ। ਉਹ ਜਿਹੜੇ ਜੰਗ ਦੇ ਹਾਲਾਤ ਪੈਦਾ ਕੀਤੇ ਸੀ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜੰਗ ਲੱਗੀ ਕਿਉਂ ਨਹੀਂ, ਕਿੱਥੇ ਗਈ ਜੰਗ, ਕੀ ਕੀਤਾ ਇਹਨਾਂ ਨੇ, ਕਿਹੜਾ ਬਦਲਾ ਲੈ ਲਿਆ ਇਹਨਾਂ ਨੇ? ਇਹ ਸਾਰੀ ਇਹਨਾਂ ਦੀ ਡਰਾਮੇਬਾਜ਼ੀ ਸੀ। ਨੋਟਬੰਦੀ ਹੋਵੇ, GST ਹੋਵੇ, ਹਰ ਮੁੱਦੇ 'ਤੇ ਨੋਟਬੰਦੀ। ਦੇਖੋ ਜੀ, ਇਹ ਸਾਰੀਆਂ ਡਰਾਮੇਬਾਜ਼ੀਆਂ, ਜਿਹੜੇ ਉੱਥੇ ਮਰੇ ਆ ਮੈਨੂੰ ਇੱਕ ਵੀ ਦੱਸ ਦੇਣ, ਇਹਨਾਂ ਵਿੱਚੋਂ ਮਰਿਆ ਕੌਣ ਆ? ਮਰਿਆ ਤਾਂ ਗਰੀਬਾਂ ਦੇ, ਜੇ ਮਰਵਾਏ ਵੀ ਕਿੰਨੇ ਇਹਨਾਂ ਨੇ, ਜੇ ਕੋਈ ਇਹਨਾਂ ਦੇ ਵਿੱਚੋਂ ਮਰਿਆ, ਜੇ ਜਦੋਂ ਵੀ ਕਿਤੇ ਕੋਈ ਲੀਡਰ ਲੰਘਦਾ, ਕਿਤੇ ਕੋਈ ਪ੍ਰਧਾਨ ਮੰਤਰੀ ਉਹਦਾ ਚਿੜੀ ਨਹੀਂ ਪਰਕਦੀ, ਅਤੇ ਉੱਥੇ RDS ਜਿਹੜਾ ਇੰਨਾ ਬਰੂਦ ਆ ਗਿਆ, ਕਿੱਥੋਂ ਆ ਗਿਆ, ਕਿਵੇਂ ਆ ਗਿਆ, ਇੰਨਾ ਵੱਡਾ ਬਰੂਦ ਕਿਵੇਂ ਆ ਗਿਆ? ਮੰਤਰੀ ਦੇ ਬਹੁਤ ਸ਼ਰਮ ਵਾਲੀ ਗੱਲ ਹੈ।
कोई भी आपके घर के अग नहीं लाता गा एडा वड्डा इल्जाम लाना प्रधानमंत्री के फौज से कि आप खुद हमला कराया बड़ी शर्म होनी चाहिए आप हिंदुस्तान रह के यही गल्ला करते हैं। नोटबंदी जी गल है नोटबंदी क्योंकि जिन्हें भी अत्तवादी से उन्होंने को मतलब जाली करंसी इन्नी ज़्यादा आ चुकी थी जिन्या भी दो नंबर का पैसा सगा इस करके नोटबंदी की है जो हूँ देश हौली हौली तरक्की कर रहा है ये मतलब वो निकल चुका है वो निकल चुका सारा निकल चुका है। गल सुनो जो कांग्रेस ने दो साल पहले लारे लाए थे झूठ बोले थे उन्होंने तो भी लोग अके नोटबंदी आम लोग आम लोगों से भार पिया कोई कभी वेख्या कोई अमीर बंदा कोई करोड़पति बंदा लाइन च खड़ा वेख्या नोटबंदी से नोटबंदी से मोदी साहब ने कहा भी मैं तीन लख हज़ार करोड़ रुपया मैं लिया कितने गया वो पैसा तीन लख हज़ार करोड़ से पूरे हिंदुस्तान का कर्जा लेंदा सीगा ते किसान अपना अज भी उही मर रहा पहला भी उही मर रहा सी। लोक सभा इलैक्शन है जी शहर की राजनीति दे मैं सवाल करदा भी दसो मैनू विकास कित्थे होया शहर दे विच शहर दीआं सारीआं गलीआं नालीआं पट्टीआं पईआं शहर दे विच किन्ने क समाज सेवी संस्था जिहड़ियां वो मेडिकलां च जाके या किते भी वो गरीबों की मदद कर रही हैं एन आर आईज स्कूलों च फ्री बच्चे पढ़ा रहे हैं सरकार कितने सुत्तियां पईआं इत्थे दसो मैनू सरकार कितने सुत्तियां पईआं जी जे एन आर आई इलाज करा रहे हैं गरीबों का पढ़ाई है जी सोसाइटियां करा रही सरकार साड़ी दो ढाई साल हो गए आया सरकार कितने मेडिकल रोज़ पेशेंट मर रहे उन्होंने इलाज नहीं हो रहा सरकार कितने गल्लां करन सिखालियां औखे नभाउणे बोल गल्लां करनियां बहुत सौखियां ने गल्लां करनियां बहुत सोहनियां ने पिछले दस साल अकाली भाजपा गठजोड़ की सरकार ने पंजाब का बेड़ा कर करके रखता इन्हां लोकां ने पंजाब नूं इन्हां ने खड्ड च सुट्टा दो साल होए कांग्रेस सरकार आई नूं असीं सेहत सहूलतां च सुधार लैंदा है स्कूल एजुकेशन सुधार लैके आए हैं विकास के काम शुरू कराए ने ये लोग कदे सोच नहीं सकते जो फरीदकोट हल्के की पंजाब की असीं तरक्की करा रहे स्कूल एजुकेशन च सुधार देखो जी सरकार बनन तो पहला कांग्रेस सरकार बनन तो पहला इन्होंने महाराज का गुटका साहब हाथ दे विच फड़ के कहा असी नशा खत्म करांगे हर एक पेंशनां वधावांगे 2500 रुपया पेंशनां देवांगे हर एक घर दे विच नौकरी देवांगे किधर गई जी सरकार नूं 2.5 साल हो गया कि इत्थे खड़ के कहिंदा भी सानूं नौकरी मिल गई जी नौकरी समाज सेवी साढ़े नाल जुड़े हुए ने रविंद्रपाल कौर गिल जी उन्हां तों पुछांगे नौकरियां दे बारे बहुत वादे किए गए सी कैप्टन सरकार वालों उन्हां बारे तुसीं कहना चाहोगे नौकरियों के बारे दे जे नौकरियों दे देंगे तो फिर अगली सरकार जो इन्हें लियानी होंगी तो इन्हों के झांसे खत्म हो जाएंगे झांसा देंगे कि हर वारी पहला गलिया चीज़ों के आम मुद्दे होंगे सके हूँ नौकरियां जे इन्होंने किसी ने भी पार्टी ने आना उन्हें देनिया ही नहीं क्योंकि गरीब अप हो जाऊगा जो भी गरीब ने अप होना है उदो समाज सुधार आना तबका पढ़ूगा तो साढ़े मतलब जो लीडर है इन्होंने असं पिछे छड़ा नौकरियां कदे नहीं मिलनिया देखो जी झूठे वादे इन्होंने किए हुणे कैप्टन वाले फोन वंडी जांदे सी कांग्रेसी मैं इन्हां नूं पुछना चाहुंदा किन्ने क वंडते किन्ने कहना उन्हां नौकरियां दी उन्हां दी फोनां दी बड़ी वड्डी गल आ फोन नहीं हले तक मिले 2.5 साल होए सरकारां नूं फोन भी देंगे तो जिहड़े मेरे दोस्त सवाल करदे इन्हां नूं सद के 2 सालां च हले तक क्यों नहीं मिले क्यों लक 4 हफ्तिआं च तोड़ना आर्थिक पंजाब नूं आर्थिक तौर ते अकाली भाजपा सरकार वाले इन्ना बर्बाद करके गए कि उन्हें पैरों नूं बर्बाद करके गए देखो जी गल देखो बेनती सुनो अज जिहड़ा सब तो बुरा हाल है साडे इस देश के अंदर मेडिकल संस्थावां दा लखां रुपया ला के लोग आ जिहड़े वह बर्बाद हो रहे हैं और उहदे विच सब तो वड्डी लुट जिहड़ी है वह मरीजां दी हो रही है सरकारी हस्पतालां दे विच लखां रुपया ला के लोग इलाज करा रहे हैं वह सब तो वध उहदे वाले पासे ध्यान देने की लोड़ है एजुकेशन ते ध्यान देने की लोड़ है वह तो साडे मुद्दे ही है नहीं गे सर 10 सालां दे विच तुसीं खजाना खाली करके कांग्रेस का इल्जाम आ देखो इन्ना से खजाना खाली है डॉक्टर साहब एक मिनट खजाना इन्ना से खाली है जो अकाली भाजपा सरकार सी तुसी शहर दा चारे पासे देख लो डेवलपमेंट काम चलते सी सरकार आ गई बंद करते गलियां नालियां पट्टियां गुरपी ने कहा गलियां नालियां पट्टियां पईआं तुसी एक दसो भी 2.5 साल दे विच तुसी 100 रुपए दा टेंडर शहर असल आया कोई 100 रुपए दा भी टेंडर नहीं लाया कांग्रेस ने दोनों सरकारां ने कुछ नहीं किया 10 साल उन्होंने इत्थे राज किया उन्होंने कुछ नहीं किया ते ना हुण इह कुछ कर रहे हैं
ਬਾਈ ਜੀ ਨਵੀਂ ਸਰਕਾਰ ਆਊਗੀ ਉਹ ਕੁਛ ਕਰੂਗੀ। ਮੋਦੀ ਨੇ ਬੇੜਾ ਕਰ ਦਿੱਤਾ। ਕੀ ਕੀਤਾ? ਸ਼ਹਿਰ ਦਿਖਾਓ, ਸ਼ਹਿਰ ਦਿਖਾਓ। ਨੌਕਰੀਆਂ ਦੀ ਗੱਲ ਅਕਾਲੀ ਸਰਕਾਰ ਨੇ ਤੇ ਕਾਂਗਰਸ ਸਰਕਾਰ ਨੇ ਕੋਈ ਵੀ ਰੁਜ਼ਗਾਰ ਨਹੀਂ ਦਿੱਤਾ। ਅੱਜ ਲੱਖਾਂ ਬੱਚੇ ਆ ਜਿਹੜੇ ਪੰਜਾਬ ਦੇ ਉਹ ਬਾਹਰ ਪਲੈਨ ਕਰ ਰਹੇ ਆ। ਇਹਨਾਂ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਸਟੂਡੈਂਟ ਸਾਰੇ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਆ, ਬਾਹਰ ਜਾ ਰਹੀ ਆ। ਭਾਜਪਾ ਵੀ ਬਰਾਬਰ ਆ। ਹਾਂਜੀ, ਜਿੰਨਾ ਚਿਰ ਕੋਈ ਨਵੀਂ ਸਰਕਾਰ ਨਹੀਂ ਆਉਂਦੀ, ਪੰਜਾਬ ਦੇ ਵਿੱਚ ਨਵੀਂ ਧਿਰ ਨਹੀਂ ਆਉਂਦੀ, ਉਹਨਾਂ ਚਿਰ ਬੇੜਾ ਗਰਕ ਰਹਿਣਾ ਪੰਜਾਬ ਦਾ ਜੀ। ਕਿਉਂਕਿ ਇਹਨਾਂ ਨੇ 5 ਸਾਲ ਆਉਂਦੇ ਹੋਏ ਆ ਅਤੇ ਪੰਜਾਂ ਦਾ ਤੱਕੜੀ, ਦੋਨੇ ਇੱਕ ਦਾ ਤੱਕੜੀ ਫੜਾਈ ਆ, ਪੰਜਾਂ ਇਕੱਠਾ ਕੀਤਾ ਹੋਇਆ ਨਾਲ ਜੀ। ਦੋਵੇਂ ਸਰਕਾਰਾਂ ਮਿਲੀਆਂ ਹੋਈਆਂ। ਸਾਲ ਹੋ ਚੱਲਿਆ ਜੀ, 2 ਪੌਲਾਂ ਜਿਹੜੇ ਦੋਨੇ ਬੰਦ ਪਏ ਸ਼ਹਿਰ ਦੇ ਵਿੱਚ ਐਂਟਰ ਹੋਣ ਲਈ, ਜੇ ਕੋਈ ਮਰੀਜ਼ ਨੂੰ ਕਿਸੇ ਲੋੜ ਪੈ ਜਾਏ, ਤੀਜਾ ਉਹ ਖਰਾਬ ਹੋਣ ਦੇ ਪਲਾਟ ਦੇ, ਫਿਰ ਸ਼ਹਿਰ ਦੇ ਵਿੱਚ ਬੰਦਾ ਐਂਟਰ ਕਿੱਧਰ ਦੀ ਕਰੂਗਾ ਜੀ? ਸ਼ਹਿਰ ਦੇ ਵਿੱਚ ਦੋਵੇਂ ਰੋਡ ਜੋ ਮੇਨ ਬੰਦ ਪਏ ਨੇ, ਕਾਂਗਰਸ ਦੇ ਕੋਲ ਸਰਕਾਰ ਹੈ, MLA ਸਾਡੇ ਫਰੀਦਕੋਟ ਦੇ ਕਾਂਗਰਸ ਦੇ ਨੇ, ਦੋਵੇਂ ਰੋਡ ਬੰਦ ਪਏ ਆ ਜੀ। ਕਦੋਂ ਤੱਕ ਚੱਲਣਗੇ? ਕੀ ਵੋਟਾਂ ਤੁਸੀਂ ਮੰਗ ਰਹੇ ਹੋ? ਕਿਹੜੇ ਮੁੱਦਿਆਂ ਦੇ ਵੋਟਾਂ ਮੰਗ ਰਹੇ ਹੋ ਲੋਕਾਂ ਦੇ ਘਰਾਂ 'ਚ ਜਾ ਜਾ ਕੇ? ਅਸੀਂ ਵਿਕਾਸ ਕੀਤਾ, ਲੋਕ ਸਾਡੇ ਨਾਲ ਨੇ, 36 ਕਰੋੜ ਰੁਪਈਆ ਪੁੱਲ ਲਾਇਆ ਪਿਆ, 5.5 ਕਰੋੜ ਰੁਪਈਆ ਜਿਹੜਾ ਨਹਿਰ ਦਾ। ਲੋਕਾਂ ਦਾ ਇਲਜ਼ਾਮ ਇਹ ਆ ਵੀ ਜੇ ਕੋਈ ਐਂਬੂਲੈਂਸ ਆਵੇ ਤਾਂ ਉਹਨਾਂ ਲਈ ਰਸਤਾ ਕੀ ਆ? ਰੋਡ ਆਫ ਕੰਟੈਕਟ ਕਰਕੇ ਉਹ ਡਿਲੇ ਹੋਇਆ, ਪੈਸੇ ਸਾਡੇ ਕੋਲ ਰੀਜ਼ ਕੀਤਾ ਹੋਇਆ, ਟੈਂਡਰ ਦਾ ਕੀਤਾ ਹੋਇਆ। ਕਿੰਨੇ ਟਾਈਮ ਤੱਕ ਉਹਨੇ ਬਣਨਾ? ਜਦੋਂ ਕੋਡ ਆਫ ਕੰਡਕਟ ਖਤਮ ਹੁੰਦਾ ਜੀ, ਨਾਲ ਦੀ ਨਾਲ ਸਾਡਾ ਸ਼ੁਰੂ ਹੈ। ਇਹਨਾਂ ਲੋਕਾਂ ਨੇ ਇਹ ਸਾਡੇ ਤੋਂ ਪੁੱਛਣਗੇ ਸਵਾਲ, ਜਿਨ੍ਹਾਂ ਨੇ 10 ਸਾਲ ਪੰਜਾਬ ਬਰਬਾਦ ਕੀਤਾ ਹੋਵੇ, 10 ਸਾਲ ਲੁੱਟਿਆ ਹੋਵੇ, 2,25,000 ਕਰੋੜ ਦਾ ਪੰਜਾਬ ਕਰਜ਼ਾਈ ਕਰਕੇ ਗਏ ਹੁਣ। ਪੰਜਾਬ ਨੂੰ ਕਰਜ਼ਾਈ ਕੀਤਾ ਆਮ ਲੋਕਾਂ ਦੇ ਵਿੱਚ ਜਾਂਦੇ ਹਾਂ ਜੀ, ਪੰਜਾਬ ਨੂੰ ਕਰਜ਼ਾਈ ਕੀਤਾ ਕਹਿੰਦੇ। ਹਾਂਜੀ, ਪਹਿਲਾਂ ਵੀ ਚੱਲਦਾ ਹੀ ਸੀ ਕੰਮ, ਅੱਜ 2.5 ਸਾਲ ਕੋਈ ਸਰਕਾਰ ਆਉਂਦੀ ਹੈ, ਭਾਵੇਂ ਕਾਂਗਰਸ ਦੀ ਭਾਵੇਂ ਅਕਾਲੀ ਦਲ ਦੀ ਕਿਹੜੀ ਵੀ ਆਉਂਦੀ ਹੈ, ਜੇ ਉਹ ਬੜੇ ਝੂਠੇ ਕਰਦੀ ਹੈ ਉਹ 6 ਮਹੀਨੇ ਤੋਂ ਪਹਿਲਾਂ ਰਿਜ਼ਾਈਨ ਲਿਖ ਕੇ ਜਾਵੇ। ਆਹ ਜਿਹੜੇ ਮੇਰੇ ਵਰਗੇ ਵਿਹਲੇ ਧੱਕੇ ਖਾਂਦੇ ਆ, ਕਦੀ ਉਹ ਖਾਣ ਨਾ, ਇਹ ਤਾਂ ਆਪਦੀਆਂ ਇਹਨਾਂ ਦੀਆਂ ਗੱਡੀਆਂ ਅਤੇ ਆਪਦੇ ਜਹਾਜ਼, ਕੋਈ ਇਹਨਾਂ ਨੂੰ ਇੱਕ ਬੰਦੇ ਨੇ ਆਉਣਾ, MLA ਨੇ ਜਾਂ ਕਿਸੇ ਨੇ ਵੀ ਸਰ, ਭਾਜਪਾ ਨੇ ਦੇਸ਼ ਨੂੰ ਫਿਰਕੂ ਵੰਡੀਆਂ ਪਾਤੀਆਂ। ਇਸ ਭਾਜਪਾ ਨੇ ਜਿਹੜੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹ ਕਹਿ ਰਹੀ ਹੈ ਵੀ ਪਕੌੜੇ ਵੇਚਣ ਦੀ ਗੱਲ। ਹਾਂਜੀ, ਪਕੌੜੇ ਵੇਚਣ ਦੀ ਕੰਮ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਰੁਜ਼ਗਾਰ ਚਲਾਉਣਾ ਕਿਸੇ ਲਈ ਮਾੜਾ ਨਹੀਂ, ਕੁਛ ਨਹੀਂ। ਕੋਈ ਬੰਦਾ ਮਾਸਟਰ ਡਿਗਰੀ ਕਰਕੇ ਵੀ ਕੋਈ ਪਕੌੜੇ ਵੇਚੇ ਨਰਿੰਦਰ ਮੋਦੀ ਨੇ ਕਿਹਾ। ਦੇਖੋ ਜੀ, ਮਾਸਟਰ ਡਿਗਰੀ ਵਾਲੀ ਗੱਲ ਇਹਨਾਂ ਨੇ ਆਪਦੇ ਕੋਲੋਂ ਲਾਤੀ, ਇਹਦਾ ਝੂਠੇ ਆਪਦੇ ਵਾਅਦੇ ਲੁਕਾਉਣ ਮੁਕਾਬਕ ਦੂਜਿਆਂ ਤੇ ਸਿੱਟੀ ਜਾਂਦੇ। ਇਹਨਾਂ ਨੂੰ ਪੁੱਛੋ ਜਿਹੜੇ ਤੁਸੀਂ ਵਾਅਦੇ ਕੀਤੇ ਸੀ, ਕੀਤੇ ਪੂਰੇ? ਇੱਕ ਵੀ ਪੂਰਾ ਕੀਤਾ ਤਾਂ ਦੱਸਣ, ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਭਾਜਪਾ ਨੇ। ਪ੍ਰਿੰਸ ਜੀ, ਤੁਸੀਂ ਸ਼ਹਿਰ ਫਰੀਦਕੋਟ ਵਿੱਚ ਆਏ ਹੋ, ਤੁਹਾਡਾ ਆਇਆਂ ਦਾ ਬਹੁਤ ਬਹੁਤ ਹੀ ਸਤਿਕਾਰ ਆ। ਤੁਸੀਂ ਸ਼ਹਿਰ ਫਰੀਦਕੋਟ ਦੇ ਵਿਕਾਸ ਦੀ ਗੱਲ ਕਰੋ, ਅਸੀਂ ਇਕੱਠੇ ਹੋ ਕੇ 1 ਸਾਲ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ ਕੋਲੇ ਗਏ ਜੀ। ਮੈਂ ਕਿਸੇ ਸਰਕਾਰ ਦੀ ਗੱਲ ਨਹੀਂ ਕਰਦਾ ਜੀ, ਅਕਾਲੀ ਕਾਂਗਰਸੀ ਆਪ ਦੀ। ਅਸੀਂ ਪ੍ਰੋਫੈਸਰ ਸਾਧੂ ਸਿੰਘ ਜੀ ਕੋਲੇ ਗਏ, ਰੇਲਵੇ ਸਟੇਸ਼ਨ ਤੇ ਸਾਡੇ ਸਾਹਮਣੇ ਗਰਭਵਤੀ ਔਰਤ ਸੀਗੀ, ਉਹ ਛਾਲ ਮਾਰ ਕੇ ਥੱਲੇ ਉਤਰੀ, ਉੱਥੇ ਸਟੈਪ ਉੱਤੋਂ ਦੀ ਪੁੱਲ ਨਹੀਂ ਬਣਿਆ। ਅਸੀਂ ਉਹਨਾਂ ਕੋਲੇ ਗਏ ਜੀ, ਛੋਟਾ ਜਿਹਾ ਕੰਮ ਆ, 3-4 ਲੱਖ ਰੁਪਈਆ ਲੱਗਣਾ, ਉੱਥੋਂ ਦੀ ਪੁੱਲ ਦੀ ਸਾਨੂੰ ਗ੍ਰਾਂਟ ਦਵਾਈ ਜਾਵੇ, ਸਾਨੂੰ ਕਿ ਉੱਥੋਂ ਪੁੱਲ ਬਣਾ ਜਾਵੇ ਉੱਪਰ ਦੀ, ਵੀ ਬੱਚੇ ਛੋਟੇ ਛੋਟੇ ਅਤੇ ਔਰਤਾਂ ਤੋਂ ਡਿੱਗ ਕੇ ਸੱਟਾਂ ਵੱਜਦੀਆਂ, ਇਹ ਉੱਪਰ ਦੇ ਲੰਘ ਸਕਣ। ਪਰ ਉਹਨਾਂ ਨੇ ਸਾਨੂੰ ਕੀ ਲਾਰਾ ਲਾਇਆ, ਹਾਂਜੀ ਪੁੱਲ ਬਣ ਜਾਵੇ, ਕੋਈ ਨਹੀਂ, 1-2 ਮਹੀਨਾ ਵੇਟ ਕਰੋ। ਅੱਜ 1-2 ਮਹੀਨਾ ਹੋ ਗਿਆ, ਸਰਕਾਰਾਂ ਫਿਰ ਦੁਬਾਰ ਤੋਂ ਇਲੈਕਸ਼ਨ ਆ ਗਿਆ, ਪਰ ਹਾਲੇ ਤੱਕ ਦੱਸੋ ਮੈਨੂੰ ਕਿੱਥੇ ਉਹ ਪੁੱਲ ਆ? ਫੁੱਟ ਬ੍ਰਿਜ ਦੀ ਗੱਲ ਹੋ ਰਹੀ ਆ। ਆਮ ਆਦਮੀ ਪਾਰਟੀ 52% ਸਿਰਫ ਹਾਜ਼ਰੀ ਆ ਸਾਧੂ ਸਿੰਘ ਸਾਹਿਬ ਦੀ, ਤੇ 5 ਸਾਲ ਉਹਨਾਂ ਦੇ ਪੂਰੇ ਹੋਣ ਵਾਲੇ। ਫੁੱਟ ਬ੍ਰਿਜ ਦੀ ਗੱਲ ਸਾਡੇ 12 ਜੇ 22.5 ਕਰੋੜ ਰੁਪਈਆ ਪ੍ਰੋਫੈਸਰ ਸਾਧੂ ਸਿੰਘ ਨੇ ਵੰਡਿਆ, ਸਭ ਤੋਂ ਵੱਧ ਪੈਸਾ ਸਹਿ ਫਰੀਦਕੋਟ ਦੱਸਦਾ। ਆਹ ਜਿਹੜੇ ਕੈਮਰੇ ਲੱਗੇ 10 ਲੱਖ ਦੇ ਸਾਧੂ ਸਿੰਘ ਨੇ ਲਾਏ ਆ ਸੀਸੀਟੀਵੀ, ਬਾਜ਼ਾਰ ਦੇ ਵਿੱਚ ਜਿਹੜਾ ਇੱਥੇ ਬਾਥਰੂਮ ਬਣੇ ਆ ਚੌਂਕ ਦੇ ਵਿੱਚ, ਉਹ ਸਾਧੂ ਸਿੰਘ ਨੇ ਬਣਾਏ ਆ। ਜੇ ਇੱਕ ਮਿੰਟ ਸੁਣੋ, 22.5 ਕਰੋੜ ਰੁਪਈਆ ਸਾਧੂ ਸਿੰਘ ਨੇ ਵੰਡਿਆ, ਜਿਹਦੇ 7,99,38,000 ਰੁਪਈਆ ਐਜੂਕੇਸ਼ਨ ਤੇ ਪ੍ਰੋਫੈਸਰ ਸਾਧੂ ਸਿੰਘ ਨੇ ਲਾਇਆ, ਸਾਰਾ ਇੱਕ ਪੈਸਾ ਸਾਧੂ ਸਿੰਘ ਨੇ ਵੰਡਿਆ, ਇੱਕ ਪੈਸਾ ਸਾਧੂ ਸਿੰਘ ਨੇ ਵੰਡਿਆ। ਸਪੋਰਟਸ ਤੇ 3.7 ਕਰੋੜ ਰੁਪਈਆ ਲਾਇਆ, ਤੇ ਜਿਹੜੀਆਂ ਇੱਥੇ ਜਿਹੜੀ ਡਿਸਪੈਂਸਰੀ ਆ ਆਯੁਰਵੈਦਿਕ ਜਿਹਦੀ ਗੱਲ ਕਰਦੇ ਆ, ਫਰੀਦਕੋਟ ਦੀ ਇੱਕੋ ਇੱਕ ਆਯੁਰਵੈਦਿਕ ਡਿਸਪੈਂਸਰੀ ਸੀ ਜਿਹੜੀ ਜੈਤੋਂ ਚੱਲਦੀ ਸੀ, ਇੱਥੇ ਲਿਆਂਦੀ ਆ ਆਪਣੇ ਰੇਲਵੇ ਸਟੇਸ਼ਨ ਕੋਲੇ। ਸਾਧੂ ਸਿੰਘ ਨੇ 7.5 ਲੱਖ ਰੁਪਈਏ ਤੋਂ ਡਿਸਪੈਂਸਰੀ ਬਣਾ ਕੇ ਦਿੱਤੀ ਆ। ਫਰੀਦਕੋਟ ਦੇ ਉੱਤੇ 3.7 ਕਰੋੜ ਰੁਪਈਆ ਫਰੀਦਕੋਟ ਇਕੱਲੇ ਵਿਧਾਨ ਸਭਾ ਹਲਕੇ ਤੇ ਖਰਚਾ ਆਇਆ, 3 ਕਰੋੜ ਰੁਪਈਆ ਖਰਚਾ ਕੀਤਾ ਜੀ ਫਰੀਦਕੋਟ ਵਿਧਾਨ ਸਭਾ। ਕੋਈ ਸਾਨ ਨਹੀਂ ਕੀਤਾ ਸਾਧੂ ਸਿੰਘ ਨੇ, ਜੇ ਪੈਸੇ ਖਰਚੇ ਕੋਈ ਸਾਨ ਨਹੀਂ ਕੀਤਾ, ਉਹਦੀ ਤਨਖਾਹ ਵੀ ਲਈ ਆ।
ਇਹ ਸਰਕਾਰ ਦਾ ਪੈਸਾ ਸਾਧੂ ਸਿੰਘ ਦੀ ਜੇਬ ਚੋਂ ਨਹੀਂ ਆਇਆ। ਸਾਧੂ ਸਿੰਘ ਨੇ ਉਹਦੀ ਜੇਬ ਚੋਂ ਪੈਸਾ ਨਹੀਂ ਲਾਇਆ। ਭਾਜਪਾ ਸਰਕਾਰ ਨੇ ਇੱਕ ਵਾਅਦਾ ਕੀਤਾ ਸੀਗਾ ਕਿਸਾਨੀ ਵਾਸਤੇ ਇਹ ਸਵਾਮੀਨਾਥਨ ਕਮਿਸ਼ਨ ਜਿਹੜੀ ਰਿਪੋਰਟ ਅਸੀਂ ਲਾਗੂ ਕਰਾਂਗੇ ਉਹ ਹਜੇ ਤੱਕ ਨਹੀਂ ਭਾਜਪਾ ਨੇ ਕੀਤੀ, ਸਰਕਾਰ ਚੱਲੀ ਜਾਂਦੀ ਹੈ, ਭਾਜਪਾ ਨੇ ਲਾਗੂ ਨਹੀਂ ਕੀਤੀ। ਦੇਖੋ ਜੀ 60 ਸਾਲ ਕਾਂਗਰਸ ਨੇ ਰਾਜ ਕੀਤਾ, ਇਹਨਾਂ ਨੇ ਦੇਸ਼ ਨੂੰ ਲੁੱਟਿਆ ਤੇ ਕੁੱਟਿਆ, ਠੀਕ ਹੈ। ਸਾਨੂੰ 5 ਸਾਲ ਹੋਏ ਆ, ਆਉਣ ਵਾਲੇ 5 ਸਾਲਾਂ 'ਚ ਤੁਸੀਂ ਵੇਖਿਓ ਦੇਸ਼ ਕਿੱਥੇ ਜਾਂਦਾ। 2 ਸਾਲਾਂ ਦੇ ਵਿੱਚ ਸਰਕਾਰ ਨੇ ਕੁੱਟਿਆ, 2 ਸਾਲਾਂ ਦੇ ਵਿੱਚ ਸਰਕਾਰ ਨੇ ਕੁੱਟਿਆ, 2 ਸਾਲਾਂ ਦੇ ਵਿੱਚ ਸਰਕਾਰ ਨੇ ਕੁੱਟਿਆ। ਹਾਂਜੀ ਸਰਕਾਰ ਨੇ ਬਿਲਕੁਲ ਲੁੱਟਿਆ ਤੇ ਕੁੱਟਿਆ ਜੀ, ਇਹ ਮੋਦੀ ਸਰਕਾਰ ਨੇ। ਇਹ ਕਾਂਗਰਸ ਸਰਕਾਰ ਨੇ ਨਹੀਂ ਕੁੱਟਿਆ, ਕਾਂਗਰਸ ਸਰਕਾਰ ਦਾ ਕੰਮ ਕਰੀ ਜਾਂਦੀ ਆ, ਹਜੇ ਉਹਦਾ ਟਾਈਮ ਪਿਆ, ਉਹ ਕੰਮ ਕਰੂਗੀ ਆਪਦੇ ਸਾਰੇ ਕੰਮ, ਹਜੇ ਟਾਈਮ ਪਿਆ ਉਹਦੇ ਕੋਲ। 2 ਸਾਲਾਂ ਦੇ ਵਿੱਚ ਕੰਮ ਕੀਤੇ ਮੋਦੀ ਸਰਕਾਰ ਦੇ, 5 ਸਾਲ ਪੂਰੇ ਹੋ ਗਏ, ਉਹਨੇ ਪੰਜਾਬ 'ਚ ਕੀਤਾ, ਅੱਜ ਤੱਕ ਪੰਜਾਬ 'ਚ ਕੋਈ ਲਿਆਂਦੇ ਹੋ ਜੋ ਘਰਾਣਾ ਕੋਈ ਲਿਆਂਦਾ, ਕੁਛ ਧੱਕਾ ਕੰਮ ਨਹੀਂ ਕੀਤਾ ਮੋਦੀ ਸਰਕਾਰ। ਮੋਦੀ ਸਰਕਾਰ ਨੇ ਭਾਜਪਾ ਲਈ ਕੁਛ, ਭਾਜਪਾ ਨੇ ਕੁਛ ਵੀ ਨਹੀਂ ਕੀਤਾ, ਪੰਜਾਬ ਲਈ ਕੁਛ ਵੀ ਨਹੀਂ ਕੀਤਾ। ਹਾਂਜੀ ਪੰਜਾਬ ਲਈ ਕੀ ਕੀਤਾ ਜੀ ਇਹਨਾਂ ਨੇ? ਸੜਕਾਂ ਉਵੇਂ ਪਈਆਂ, ਸੀਵਰੇਜ ਬਣਾਏ ਆ, ਕਿਤੇ ਐਕਸੀਡੈਂਟ ਹੁੰਦੇ ਆ, ਨਾ ਮੈਡੀਕਲ ਸੁਵਿਧਾ, ਕੁਛ ਨਹੀਂ। MP ਸਾਹਿਬ ਨੂੰ ਅਸੀਂ ਆਹ ਪੁੱਛਣਾ ਚਾਹੁੰਦੇ ਹਾਂ, ਸਾਬਕ ਸਾਡੇ ਮੌਜੂਦਾ ਨੂੰ ਇੰਨੇ ਸਾਲਾਂ ਤੋਂ ਸਾਨੂੰ ਵੇਖਣ ਨੂੰ ਨਹੀਂ ਮਿਲੇ, ਕਿੱਥੇ ਇੰਨੇ ਸਾਲਾਂ ਤੋਂ MP ਸਾਹਿਬ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੇ। ਫਿਰ ਉਹੀ ਗੱਲ ਵਾਪਸ ਆ ਗਈ ਕਿ ਅਸੀਂ ਉਹੀ MP ਸਾਹਿਬ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ 52% ਹਾਜ਼ਰੀ ਆ ਅਤੇ ਫਰੀਦਕੋਟ ਦੇ ਵਿੱਚ ਵੇਖਣ ਨੂੰ ਨਹੀਂ ਮਿਲੇ, ਵਾਰ ਵਾਰ ਇੱਕੋ ਹੀ ਗੱਲ ਆ ਰਹੀ ਆ। ਹਾਂਜੀ ਜ਼ਿਆਦਾ ਸਮਾਂ ਤਾਂ ਢਿੱਲੇ ਰਹੀ ਆ, ਚੋਣਾਂ ਨੇੜੇ ਆ ਕੇ ਜੋ ਕਾਇਮ ਹੁੰਦੇ ਆ ਵੀ ਮੈਂ ਚੋਣਾਂ ਲੜਨੀਆਂ, ਹੁਣ ਮੈਂ ਚੱਲਾਂ। ਬਾਕੀ ਮੈਂ ਇਸ ਮੁੱਦੇ ਥੋੜ੍ਹੀ ਹਟ ਕੇ ਗੱਲ ਕਰਨਾ ਚਾਹੁੰਦਾ, ਕਾਂਗਰਸ ਅਤੇ ਅਕਾਲੀ ਦਲ ਦੇ ਕੋਲ ਇਸ ਹਲਕੇ 9 ਹਲਕਿਆਂ ਦੇ ਵਿੱਚੋਂ ਕੋਈ ਵੀ ਬੰਦਾ ਅਜਿਹਾ ਨਹੀਂ ਮਿਲਿਆ ਵੀ ਉਹ ਚੋਣ ਇੱਥੇ ਹਲਕੇ ਦੇ ਵਿੱਚੋਂ ਲੜ ਸਕੇ। ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਲੈ ਕੇ ਠਲਤਾ ਅਤੇ ਮੁਹੰਮਦ ਸਦੀਕ ਨੂੰ ਕਾਂਗਰਸ ਨੇ ਲੁਧਿਆਣੇ ਤੋਂ ਲਿਆਤਾ। ਇਹਨਾਂ ਲੋਕਾਂ ਕੋਲ ਇੰਨੀ ਹਿੰਮਤ ਹੈ ਨਹੀਂ ਸੀ 15 ਲੱਖ ਵੋਟਰਾਂ ਦੇ ਵਿੱਚੋਂ ਕੋਈ ਚੋਣ ਲੜ ਸਕੇ ਇਸ ਹਲਕੇ ਦੇ ਵਿੱਚ। ਏਡੀ ਦੂਰੋਂ ਲਿਆਉਂਦਾ ਅਕਾਲੀ ਦਲ ਨੇ, ਰਣੀ ਕੇ ਸਾਹਿਬ ਨੂੰ ਬਾਰਡਰ ਏਰੀਏ ਤੋਂ ਲਿਆਉਂਦਾ, ਬਾਰਡਰ ਏਰੀਏ ਤੋਂ ਕਿਉਂ ਲਿਆਉਂਦਾ? ਠਹਿਰੋ ਠਹਿਰੋ, ਮੈਂ ਪੁੱਛਣਾ ਚਾਹੁੰਦਾ, ਦੇਖੋ ਹਿੰਦੁਸਤਾਨ ਹੈ ਆਜ਼ਾਦ, ਆਜ਼ਾਦ ਹਿੰਦੁਸਤਾਨ ਹੈ, ਕੋਈ ਬੰਦਾ ਕਿਤੋਂ ਵੀ ਜਾ ਕੇ ਚੋਣ ਲੜ ਸਕਦਾ ਹੈ? ਨਹੀਂ ਦਿੱਲੀ ਵਾਲਾ ਮੇਠੀ ਕਿਉਂ ਭੇਜਿਆ? ਦਿੱਲੀ ਵਾਲਾ ਮੇਠੀ ਕਿਉਂ ਭੇਜਿਆ? ਨਹੀਂ ਮੈਂ ਗੱਲ ਕਰਦਾ, ਸਾਰੇ ਹੀ ਜਾਂਦੇ ਆ, ਸਾਰੇ ਹੀ ਜਾਂਦੇ ਆ, ਗੱਲ ਮੁੱਦਿਆਂ ਦੀ ਕਰੋ, ਮੈਂ ਸੈਂਟਰ ਦੀ ਗੱਲ ਕਰਦਾ। ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ, ਜੋ ਸੈਂਟਰ ਨੇ ਸਕੀਮਾਂ ਲਾਗੂ ਕੀਤੀਆਂ, ਚਾਹੇ ਉਹ ਆਯੁਸ਼ਮਾਨ ਯੋਜਨਾ ਹੋਵੇ, ਇਹਨਾਂ ਨੂੰ ਪੁੱਛੋ ਵੀ ਪੰਜਾਬ ਦੇ ਵਿੱਚ ਲਾਗੂ ਹੋਈ ਹੈ? 2 ਸਾਲ ਹੋ ਗਏ, ਚਲੋ ਕਿ UP ਦੇ ਵਿੱਚ 13.5 ਲੱਖ ਬੰਦੇ ਨੇ 5-5 ਲੱਖ ਰੁਪਏ ਦਾ ਇਲਾਜ ਕਰਵਾਇਆ। ਪੰਜਾਬ ਸਰਕਾਰ ਨੇ, ਠਹਿਰੋ ਮੈਂ ਦੱਸਾਂ, ਮੈਂ ਦੇਣਾ ਜਵਾਬ, 1 ਵੀ ਸਕੀਮ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮੈਂ ਕਮੇਟੀ ਪ੍ਰਧਾਨ ਰਿਹਾ ਸੀ, ਜੋ ਸਕੀਮਾਂ 1.5-1.5 ਲੱਖ ਰੁਪਇਆ ਛੱਤਾਂ ਦਾ ਪੈਸੇ ਆਏ ਆ, ਮੇਰਾ ਅਗਲੇ ਘੱਟੋ ਘੱਟ 250 ਬੰਦੇ ਦੇ ਪੈਸੇ ਪਏ ਆ ਕਮੇਟੀ ਦੇ ਵਿੱਚ। ਕੀ ਸਰਕਾਰ ਨੇ ਚਿੱਠੀ ਲਾਈ ਹੈ? ਸਰਕਾਰ ਨੇ ਚਿੱਠੀ ਲਾਈ, ਹੁਣ ਤੇ ਹੁਣ ਲੱਗੀ ਚਿੱਠੀ, ਮੈਂ ਕਢਾ ਕੇ ਦੇਣਾ ਸਬੂਤ ਬਤਾਓ ਤੁਹਾਨੂੰ, ਪਹਿਲਾਂ ਨੀਆਂ ਕੱਢੋ ਫਿਰ ਤੁਹਾਨੂੰ ਪੈਸੇ ਲਾਟ ਹੋਣਗੇ। ਸਰਕਾਰ ਨੇ ਕੋਈ ਪੈਸਾ ਨਹੀਂ ਲਾਇਆ, ਸਰਕਾਰ ਨੇ ਕੋਈ ਪੈਸਾ ਨਹੀਂ ਲਾਇਆ, ਸਰਕਾਰ ਨੇ ਕੋਈ ਪੈਸਾ ਨਹੀਂ ਲਾਇਆ, ਸਰਕਾਰ ਨੇ ਕਹਿੰਦੇ ਕੋਈ ਪੈਸਾ ਨਹੀਂ ਲਾਇਆ, ਜਿਹੜੀ ਵੀ ਗ੍ਰਾਂਟ ਆਈ ਆ ਪੈਸਾ ਨੱਪ ਕੇ ਰੱਖਿਆ ਗਿਆ ਦਫ਼ਤਰਾਂ ਦੇ ਬੈਂਕਾਂ ਦੇ, ਜਮ੍ਹਾਂ ਪਿਆ ਲੱਗਿਆ ਨੀਗਾ। ਦੂਜੀ ਜਿਹੜੀ ਗੱਲ ਕਰਦੇ ਆ ਸਾਧੂ ਸਿੰਘ ਦੀ, ਸਾਧੂ ਸਿੰਘ ਬਿਮਾਰ ਹੋ ਜਾਂਦਾ ਕੰਮ ਨਹੀਂ ਕਰਦਾ ਗਾ, ਪਹਿਲੀ ਵਾਰ ਹਿੰਦੁਸਤਾਨ ਦੀ ਪਾਰਲੀਮੈਂਟ ਤੋਂ ਪਤਾ ਲੱਗਿਆ ਕਿ ਪੰਜਾਬ ਦੇ MP ਆਏ ਨੇ, ਅਤੇ ਉਹਦਾ ਬੋਲ ਕੇ ਦੱਸਿਆ ਹੈਗਾ ਕਿ ਪੰਜਾਬ ਦੇ MP ਹੈਗੇ, ਤੂੰ ਪਹਿਲਾਂ ਤੁਸੀਂ ਗੋਗਲੂ ਜਾ ਕੇ ਬਹਿੰਦੇ ਸੀ, ਕੋਈ ਗੱਲ ਨਹੀਂ ਕਰਦੇ ਸੀਗੇ, ਕੋਈ ਗੱਲ ਹੀ ਨਹੀਂ ਸੀ ਕਰਦੇ, ਕੋਈ ਗੱਲ ਹੀ ਨਹੀਂ ਸੀ ਕਰਦੇ MP, ਅਤੇ ਉਹਨਾਂ ਦੀ ਹਾਜ਼ਰੀ ਬਹੁਤ ਘੱਟ ਰਹੀ ਆ। ਮੁਹੰਮਦ ਸਦੀਕ ਲੋਕਾਂ ਦੇ ਦਿਲਾਂ 'ਚ ਵੱਸਦਾ, ਮੁਹੰਮਦ ਸਦੀਕ ਫਰੀਦਕੋਟ ਜ਼ਿਲ੍ਹੇ 'ਚ ਬਹੁਤ ਵੱਡੀ ਲੀਡ 'ਤੇ ਜਿੱਤੂਗਾ, ਇਹ ਮੈਂ ਦਾਅਵਾ ਕਰਦਾ। ਕੀ ਮੁੱਦਿਆਂ ਕਰਕੇ ਗੱਲ ਕਰੋ ਜੀ, ਗੱਲ ਕਰੋ ਮੁੱਦਿਆਂ ਦੀ, ਜਿਹੜੀ ਫਰੀਦਕੋਟ ਵਿੱਚ, ਫਰੀਦਕੋਟ ਦੇ ਕਿਸਾਨੀ ਦੀ ਗੱਲ ਕਰੋ, ਨਸ਼ੇ ਦੀ ਗੱਲ ਕਰੋ, ਨਸ਼ੇ ਨਾਲ 22-23-24 ਨੰਬਰ ਵਾਰਡ ਦੇ ਵਿੱਚ ਆ 1.5 ਮਹੀਨੇ ਦੇ ਵਿੱਚ 15-20 ਬੱਚੇ ਮਰ ਗਏ ਆ। 22-23 ਨੰਬਰ ਵਾਰਡ ਬਾਜੀਗਰ ਬਸਤੀ ਵੱਲ ਮੈਨੂੰ 10 ਸਾਲ ਤੋਂ ਦੱਸ ਦਿਓ ਵੀ ਕੋਈ ਰੋਡ ਬਣਿਆ ਉੱਥੇ। ਆ ਛੱਪੜ ਸੀ ਪਿਛਲੀ ਵਾਰੀ, ਉਹ ਕਹਿ ਕੇ ਸਾਰੇ ਬੰਦਿਆਂ ਨੇ ਬੰਟੀ ਰਮਾਣਾ ਜੀ ਕੋਲ ਜਾ ਕੇ ਉਹ ਛੱਪੜ ਭਰਵਾਇਆ। ਉਸ ਤੋਂ ਬਾਅਦ ਉੱਥੇ ਉਹੀ ਹਾਲ ਆ, ਪਿਛਲੀ ਸਾਰੀ ਬਸਤੀ ਜਾ ਕੇ ਵੇਖ ਲਓ, ਬੇਰੁਜ਼ਗਾਰੀ ਨਾਲ ਇੰਨਾ ਬੁਰਾ ਹਾਲ ਆ ਉੱਥੇ, ਨਸ਼ੇ ਨਾਲ ਇੰਨਾ ਬੁਰਾ ਹਾਲ ਆ ਉੱਥੇ। ਅੱਜ ਉਹ ਬਸਤੀ ਇੱਕ ਸ਼ਹਿਰ ਦਾ ਸਭ ਤੋਂ ਗੰਦਾ ਇਲਾਕਾ ਬਣ ਗਈ ਹੈ ਅਤੇ ਨਸ਼ਾ ਤਸਕਰੀ ਦਾ ਇੱਕ ਹਿੱਸਾ ਬਣ ਗਈ ਆ। ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਸਾਰੀ ਨਸ਼ਾ ਸਭ ਤੋਂ ਵੱਡੀ ਗੱਲ ਹੈ ਜੀ। ਦੇਖੋ ਇਲਜ਼ਾਮ ਪਹਿਲਾਂ ਅਕਾਲੀਆਂ 'ਤੇ ਵੀ ਲੱਗਦੇ ਰਹੇ ਵੀ ਇਹਨਾਂ ਨੇ ਨਸ਼ਾ 10 ਸਾਲਾਂ ਦੇ ਵਿੱਚ ਜੋ ਖਤਮ ਨਹੀਂ ਕੀਤਾ ਸਗੋਂ ਵਧਾਇਆ। ਤੁਹਾਡੇ ਬਾਰੇ ਕਿਹਾ ਗਿਆ ਸੀ, ਕੈਪਟਨ ਸਾਹਿਬ ਨੇ ਕਹੀ ਸੀ ਵੀ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ, ਅਤੇ ਪਰ ਅੱਜ ਵੀ ਨਸ਼ਾ ਉਵੇਂ ਕਿਉਂ ਵਿਕ ਰਿਹਾ, ਕਿਉਂ ਉਵੇਂ ਮਿਲਦਾ ਆ? ਮੈਂ ਜਿਹੜੇ ਮੇਰੇ ਸਾਥੀ ਇੱਥੇ ਖੜ੍ਹੇ ਨੇ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਵੀ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਦੇ ਅੰਦਰ ਕਿਸੇ ਨੇ ਚਿੱਟੇ ਨਾਂ ਦਾ ਨਸ਼ਾ ਸੁਣਿਆ ਸੀਗਾ? ਨਹੀਂ, ਪਰ ਆਪਾਂ ਖਤਮ ਨਹੀਂ ਨਾ ਕੀਤਾ, ਆਪਾਂ ਦੇਖੋ 2.5 ਸਾਲ ਤੁਹਾਨੂੰ ਮਿਲੇ, ਤੁਸੀਂ ਖਤਮ ਨਹੀਂ ਕੀਤਾ। ਪ੍ਰਦੇਸ਼
इन्होंने प्रोडक्शन ही इन्नी करती पंजाब के अंदर बहुत ज्यादा फटती है। हुण निक्के निक्के रह गए वड्डे फड़े गए चोर निक्के रह गए निक्के असीं फड़ रहे हैं। किन्ने समय च सरकार जांदी च जांदी नहीं सरकार चार हफ्ते च असीं लक तोड़िया लक तोड़िया ते हुण उहनां नूं खत्म करके साह लवांगे। आ जिहड़े मेरे किन्ने समय च किन्ने समय सिर्फ किन्ने समय च ये दसो जरूर बहुत जल्दी बहुत जल्दी दो या ढाई साल विद इन दो चार महीने च खत्म होना है। मैं एक होर पुछना चाहना अकाली दल के भरावां नूं ये बड़ा पंजाब च रौला पाउंदे विकास किया है। सब तो वड्डी बीबी बादल बठिंडा तो लोग सभा की चोन लड़ रही है दो टर्म उत्थों एम पी बनी है कल दी छड़क ते धरना ला के बैठी हुई है ਪਿੰਡਾਂ ਦੇ ਲੋਕ ਵੜਨ ਨਹੀਂ ਦਿੰਦੇ ਵੀ ਅਸੀਂ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਪਿੰਡਾਂ ਦੇ ਲੋਕ ਵੜਨ ਨਹੀਂ ਦਿੰਦੇ ਪਿੰਡਾਂ ਦੇ ਲੋਕ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਵਾਅਦੇ ਕੀਤੇ ਆ ਤੇ ਪਿੰਡਾਂ ਦੇ ਲੋਕ ਉਹਨਾਂ ਨੂੰ ਵੜਨ ਨਹੀਂ ਦਿੰਦੇ। ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਲੀਡਰਾਂ ਨੂੰ ਬਣਾਉਂਦੇ ਕੌਣ ਆਮ ਲੋਕ ਜਦੋਂ ਆਮ ਲੋਕ ਇਹਨਾਂ ਤੋਂ ਸਵਾਲ ਪੁੱਛਦੇ ਆ ਤਾਂ ਇਹ ਥੱਪੜ ਮਾਰਦੇ ਆ। ਇਹ ਤੁਸੀਂ ਦੇਖਿਆ ਬਠਿੰਡੇ ਦੇ ਵਿੱਚ ਵੀ ਹੋਇਆ ਭੱਠਲ ਨੇ ਬੀਬੀ ਭੱਠਲ ਨੇ ਵੀ ਥੱਪੜ ਮਾਰੇ ਇਹ ਕੀ ਚੱਲ ਰਿਹਾ ਇਹ ਰਾਜਨੀਤੀ ਦੇ ਵਿੱਚ ਥੱਪੜ ਮਾਰ ਦਿੱਤੇ ਜਾਂਦੇ ਆ ਇਹ ਵੀ ਬੜੀ ਗੱਲ ਆ ਇਹ ਵੀ ਬੜੀ ਗੱਲ ਆ ਇਹ ਵੀ ਬੜੀ ਗੱਲ ਆ ਕਿ ਬੀਬੀ ਭੱਠਲ ਨੇ ਥੋੜੇ ਕੁ ਦਿਨ ਪਹਿਲਾਂ ਇਹ ਕਿਹਾ ਵੀ ਮੈਂ ਸੈਲਫ ਡਿਫੈਂਸ ਲਈ ਉਹ ਇੱਕ ਧੱਕਾ ਮਾਰਿਆ ਸੀ ਪਰ ਉਹ ਮੀਡੀਆ ਦੇ ਵਿੱਚ ਗੱਲ ਆਈ ਕਿ ਉਹ ਇੱਕ ਥੱਪੜ ਮਾਰਿਆ ਸੀ। ਹਾਂਜੀ ਕੀ ਵੀ ਅੱਜ ਕੱਲ੍ਹ ਇਹ ਥੱਪੜ ਮਾਰਨ ਦਾ ਟ੍ਰੈਂਡ ਚੱਲ ਪਿਆ? ਨਹੀਂ ਲੋਕਾਂ ਦਾ ਅਧਿਕਾਰ ਹੈ ਮੈਨੂੰ ਦੀ ਗੱਲ ਬਿਲਕੁਲ ਠੀਕ ਹੈ ਲੋਕਾਂ ਦਾ ਅਧਿਕਾਰ ਹੈ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ। ਬਾਕੀ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਜਵਾਬ ਨਹੀਂ ਦਿੱਤਾ ਇਹ ਵੀ ਗੱਲ ਆ ਬਠਿੰਡੇ ਦੇ ਵਿੱਚ ਭੁੱਲਰ ਕੈਟੇਗਰੀ ਨੇ ਇਹ ਗੱਲ ਕਹੀ ਵੀ ਅਸੀਂ ਬਿਲਕੁਲ ਬਾਈਕਾਟ ਕਰਦੇ ਹਾਂ ਕਿਉਂਕਿ ਬੀਬੀ ਜੀ ਕਹਿੰਦੇ ਵੀ ਸਰ ਵੋਟ ਮੰਗਣ ਆਏ ਆ ਜੀ ਸਵਾਲਾਂ ਦਾ ਜਵਾਬ ਨਹੀਂ ਦੇਣਾ। ਚਲੋ ਉਹਨਾਂ ਰਾਜਨੀਤਿਕ ਤੌਰ 'ਤੇ ਜੋ ਉਹਨਾਂ ਨੇ ਕਿਹਾ ਪਰ ਅਸੀਂ ਕਹਿੰਦੇ ਲੋਕਾਂ ਦਾ ਅਧਿਕਾਰ ਆ ਪੁੱਛਣਾ ਤੇ ਲੀਡਰ ਨੂੰ ਉਹਦਾ ਜਵਾਬ ਦੇਣਾ ਚਾਹੀਦਾ। ਬਿਲਕੁਲ ਸਹੀ ਗੱਲ। ਹਾਂਜੀ ਬੀਬੀ ਭੱਠਲ ਦੀ ਗੱਲ ਮੈਂ ਦੁਬਾਰਾ ਇੱਕ ਮਿੰਟ ਕਾਂਗਰਸ ਨਾਲ ਕਰ ਲਵਾਂ ਵੀ ਬੀਬੀ ਭੱਠਲ ਜੀ ਨੇ ਉਹ ਸੈਲਫ ਡਿਫੈਂਸ ਵਾਸਤੇ ਗੱਲ ਕਹੀ ਵੀ ਮੈਂ ਧੱਕਾ ਮਾਰਿਆ ਸੀ ਪਰ ਉਹਨਾਂ ਨੇ ਇਲਜ਼ਾਮ ਲਾਇਆ ਵੀ ਮੇਰੇ ਬੀਬੀ ਜੀ ਨੇ ਥੱਪੜ ਮਾਰਿਆ। ਜਿਹੜੇ 20 ਗਨਮੈਨ ਦਿੱਤੇ ਆ ਉਹ ਕਾਹਦੇ ਵਾਸਤੇ ਦਿੱਤੇ ਆ? ਸੈਲਫ ਡਿਫੈਂਸ ਇਹਨਾਂ ਨੇ ਕਰਨੀ ਆ। 24-24 25-25 ਗਨਮੈਨ MLA ਲਈ ਫਿਰਦੇ ਆ ਉਹ ਕਾਹਦੇ ਵਾਸਤੇ ਲਈ ਫਿਰਦੇ? 25-25 ਗਨਮੈਨ 25-25 ਗਨਮੈਨ ਇੱਕ MLA ਕੋਲ ਆ। ਹਾਂਜੀ ਮੈਂ ਮੇਰੇ ਭਰਾ ਝਾੜੂ ਵਾਲੇ ਖੜੇ ਨੇ ਬੁੱਕਰ ਵਾਲੇ ਮੈਂ ਇਹਨਾਂ ਨੂੰ ਜਵਾਬ ਦੇਣਾ ਚਾਹੁੰਦਾ। ਇਹ ਜਾਣ ਕੇ ਤੱਫੜ ਖਾਂਦੇ ਨੇ ਕੇਜਰੀਵਾਲ ਪੋਪੂਲਰਿਟੀ ਦੀ ਖਾਤਰ ਮੂੰਹ ਅੱਗੇ ਕਰ ਦਿੰਦਾ ਮੇਰੇ ਚਪੇੜ ਮਾਰੋ। ਅਸੀਂ ਉਸ ਕੈਟਾਗਰੀ 'ਚ ਨਹੀਂ ਆਉਂਦੇ ਆਪਦੀ ਸੈਲਫ ਡਿਫੈਂਸ ਦੇ ਲਈ। ਸੈਲਫ ਡਿਫੈਂਸ ਦੇ ਲਈ ਬੀਬੀ ਭੱਟਲ ਨੇ ਉਹਨਾਂ ਨੂੰ ਪਰਾਂ ਕੀਤਾ ਨਾ ਕਿ ਥੱਪੜ ਮਾਰਿਆ। ਬੀਬੀ ਭੱਟਲ ਨੇ ਸਿਰਫ ਸੈਲਫ ਡਿਫੈਂਸ ਕੀਤਾ ਤੇ ਕੇਜਰੀਵਾਲ ਸਾਹਿਬ ਨੇ ਆਪਣੇ ਆਪ ਨੂੰ ਥੱਪੜ ਮਰਵਾਇਆ। ਸਰ ਪਹਿਲਾਂ ਤਾਂ ਇਹ ਹੈ ਵੀ ਇਹ ਪੁੱਛਣਾ ਚਾਹੁੰਦਾ ਮੈਂ ਮੌਜੂਦਾ ਸਰਕਾਰ ਤੋਂ ਬਿਜਲੀ ਦੇ ਰੇਟ ਨੇ ਕੰਟੀਨਿਊ ਕਿਉਂ ਵੱਧਦੇ ਪਏ ਆ? 5-6-7-8-10 ਮਿਡਲ ਕਲਾਸ ਬੰਦਾ ਬਿਜਲੀ ਦੇ ਬਿੱਲ ਇੰਨੇ ਕਿਵੇਂ ਭਰੂਗਾ? ਬਿਜਲੀ ਦੇ ਰੇਟ ਅਕਾਲੀ ਦਲ ਦੇ ਜਿਹੜੇ ਬੁਲਾਰੇ ਆ ਬੰਟੀ ਰਮਾਣਾ ਜੀ ਉਹਨਾਂ ਨੇ ਕਿਹਾ ਸੀ ਬਠਿੰਡੇ ਦੇ ਵਿੱਚ ਕਿ ਜਿਹੜੇ ਬਿਜਲੀ ਦੇ ਰੇਟ ਆ ਕਾਂਗਰਸ ਨੇ ਪਿਛਲੇ 2.5 ਸਾਲਾਂ ਦੇ ਵਿੱਚ 9 ਵਾਰੀ ਚੁੱਪ ਚਪੀਤੇ ਵਧਾ ਤੇ। ਇਹ ਮਹਿੰਗਾਈ ਵੱਧ ਰਹੀ ਆ। 2007 ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਬੰਟੀ ਰਮਾਣੇ ਹਰਾਂ ਜਾਂ ਅਕਾਲੀ ਦਲ ਦੀ ਟੀਮ ਖੜੀ ਹੈ ਸਮੁੱਚੀ, 2007 ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ 3.5-4 ਰੁਪਏ ਯੂਨਿਟ ਬਿਜਲੀ ਸੀ। 10 ਸਾਲ ਇਹਨਾਂ ਦੀ ਸਰਕਾਰ ਰਹੀ, ਇਹ 8 ਰੁਪਏ ਯੂਨਿਟ 'ਤੇ ਕਿਵੇਂ ਲੈ ਗਏ? ਆਪਦਾ ਤਾਂ ਲੁਕਾ ਲੈਂਦੇ ਨੇ ਅਤੇ ਦੂਜੇ ਦੀ ਗੱਲ ਉਜਾਗਰ ਕਰਨ ਦੀ ਕਰਦੇ ਨੇ। ਪੰਜਾਬ ਨੂੰ ਇਹਨਾਂ ਲੁੱਟਿਆ, ਪੰਜਾਬ ਨੂੰ ਪੈਰਾਂ ਸਿਰ ਖੜਾ ਵੀ ਕਰਨਾ ਹੈ, ਮਸੂਲਤਾਂ ਵੀ। ਮਹਿੰਗਾਈ ਦੋਵਾਂ ਨੇ ਮਹਿੰਗਾਈ ਵਧਾਈ। ਦੇਖੋ ਗੱਲ ਇਹ ਹੈ ਵੀ ਹਰ ਬੰਦਾ ਕਹਿੰਦਾ ਵੀ ਉਹਨੇ 4-8 ਕਰਤਾ, ਹੁਣ ਤੁਸੀਂ 8-12 ਤਾਂ ਨਹੀਂ ਕਰਨਾ। ਜੇ ਤੁਸੀਂ ਸਹੂਲਤ ਦੇਣੀ ਹੈ ਤਾਂ ਤੁਸੀਂ 8-4 ਤੇ ਲਿਆਓ। ਤੁਸੀਂ ਉਹਨਾਂ ਨੇ 8-4-8 ਕਰਦੇ, ਤੁਸੀਂ 8-12 ਕਰ ਦਿਓ। ਇਹ ਥੋੜ੍ਹਾ ਲੋਕਾਂ ਨੂੰ ਜੇ ਦਿੱਲੀ 1 ਰੁਪਿਆ ਯੂਨਿਟ ਮਿਲਦੀ ਤਾਂ ਪੰਜਾਬ 'ਚ ਕਿਉਂ ਨਹੀਂ ਮਿਲ ਸਕਦੀ? ਦਿੱਲੀ ਦੇ ਵਿੱਚ 1 ਰੁਪਿਆ ਮਿਲਦੀ ਆ। ਦਿੱਲੀ ਦੇ ਵਿੱਚ ਕਹਿੰਦੇ 1 ਰੁਪਿਆ ਮਿਲਦਾ। ਦੇਖੋ ਜੀ, ਮੈਂ ਤਾਂ ਇਹਨਾਂ ਨੂੰ ਵੀਰ ਜੀ ਨੂੰ ਪੁੱਛਣਾ ਚਾਹੁੰਦਾ ਵੀ ਥਰਮਲ ਪਲਾਂਟ ਚੱਲ ਪਏ, ਸਰਕਾਰੀ ਦਾ ਬੰਦ ਕਰੀ ਜਾਂਦੇ, ਕਮਿਸ਼ਨ ਲੈ ਲੈ, ਪ੍ਰਾਈਵੇਟ ਬਿਜਲੀ ਖਰੀਦ ਜਨਤਾ ਦੇ ਭਾਰ ਪਾਈ ਜਾਂਦੇ ਆ, ਲੁੱਟਣ ਤੇ ਲੱਗੇ ਵੇ ਇਹ, ਰੇਤਾ ਲੁੱਟਣ ਤੇ, ਸਾਰੇ ਪਾਸਿਓਂ ਲੁੱਟਣ ਤੇ ਲੱਗੀ ਵੀ ਕਾਂਗਰਸ ਸਰਕਾਰ ਹੋ। ਰੇਤਾ ਲੁੱਟਣ ਤੇ, ਦੇਖੋ ਜੀ, ਇੱਕ ਜਿਹੜਾ ਰੇਤ ਮਾਫੀਆ ਦੀ ਗੱਲ ਚੱਲਦੀ ਆ, ਰੇਤ ਇੱਕ ਕੁਦਰਤੀ ਦੇਣਾ, ਉੱਥੇ ਬਿਲਕੁਲ ਵੀ ਪੈਸੇ ਨਹੀਂ ਹੋਣੇ ਚਾਹੀਦੇ। ਜਿਹੜੀ ਗੱਲ ਤੁਸੀਂ ਨਸ਼ੇ ਦੀ ਕੀਤੀ ਸੀ, ਜੇਕਰ ਨਸ਼ਾ ਜਿਵੇਂ ਪਹਿਲਾਂ ਚੱਲਦਾ ਸੀ, ਫੀਮ ਪੋਸਟ ਨਸ਼ਾ ਚੱਲ ਜਾਵੇ, ਦਾਰੂ ਅਤੇ ਜਿਹੜਾ ਚਿੱਟਾ ਚੁੱਟਾ ਜਿਹੜਾ ਆਮ ਮੈਡੀਕਲ ਨਸ਼ਾ ਬੰਦ ਹੋ ਜਾਵੇ, ਜਿਹੜਾ ਫੀਮ ਅਤੇ ਪੋਸਟ ਚੱਲੇ ਉਹ ਖਾ ਕੇ ਬੰਦਾ ਕੰਮ ਕਰੂਗਾ, ਅਤੇ ਜਿਹੜਾ ਜਿਨ੍ਹਾਂ ਨੇ ਦਾਰੂ ਅਤੇ ਗੋਲੀਆਂ ਚਲਾਈਆਂ ਇਹ ਖਾ ਕੇ ਲੜਾਈ ਕਰਦੇ ਆ, ਚੋਰੀਆਂ ਕਰਦੇ ਆ। ਇਹ ਜਿਹੜਾ ਆਪਣਾ ਫੀਮ ਅਤੇ ਪੋਸਟ ਦੀ ਖੇਤੀ ਪੰਜਾਬ 'ਚ ਕਿਉਂ ਨਹੀਂ ਹੁੰਦੇ? ਇਹਨਾਂ ਨੂੰ ਪਤਾ ਜੇਕਰ ਫੀਮ ਅਤੇ ਪੋਸਟ ਦੀ ਖੇਤੀ ਪੰਜਾਬ 'ਚ ਕਰਤੀ ਤਾਂ ਸਾਨੂੰ ਗਰੀਬਾਂ ਨੇ ਵੋਟਾਂ ਨਹੀਂ ਪਾਉਣੀਆਂ, ਇਹਨਾਂ ਨੇ ਗਰੀਬਾਂ ਨੂੰ ਗੁੰਮਰਾਹ ਕੀਤਾ ਆ। ਅੱਜ ਦੀ ਡੇਟ ਦੇ ਵਿੱਚ
किसी एम सी किसी पुलिस वाले का बच्चा कोई इतने रह रहा दसो सारे तो सारे कनेडा फॉरन आस्ट्रेलिया न्यूजीलैंड सारे कहते यार इतने अज भी काले है जे इन्ना चक्कर इतने गोरे इतने आ गए नहीं ना वसते उन्होंने चक्कर संत जी जे अपने केंद्र सरकार के जो नुमाइंदे ना कोई भी वर्कर है ये चोर है किसी ने कोई काम नहीं सही करने भावें पोलीटिकल च कोई भाज ये इन्हों के इल्जाम ला रहा है ये इन्हों के इल्जाम ला रहे हैं एक दूजे के इल्जाम जिन्ना चर एक हिंदुस्तान के गोरे ने ना दोहरा होंगे हिंदुस्तान गुलाम नहीं ना होगा ये उन्हें चक्कर सुधरने नहीं। देखो जी आम लोगों के नाल असी गल की इन्हों का यही कहना सी कि एक दूजे ते इल्जाम लगाए जा रहे हैं बेरोजगारी वधदी जा रही है ते पंजाब दे जिहड़े नौजवान युवा ने पढ़े लिखे वो बाहरले देशों में जा रहे हैं। जेकर तुसी इस वीडियो नूं फेसबुक ते देख रहे हो तो पेज नूं लाइक करो जेकर तुसी इस वीडियो नूं यूट्यूब ते देख रहे हो तो सबसक्राइब करो चैनल नूं बैल आइकॉन ते क्लिक करो तो लाइक करो शेयर करो कमेंट करो। हुण मैनूं जाने कि प्रविंदर सिंह कंधारी हुंदे इजाजत धन्नवाद।